ਪੇਸ਼ੇ ਦਾ ਹਸਪਤਾਲ ਆਏ, ਪੈਸੇ ਡਿੱਗ ਰਹੇ ਨਾ, ਬੰਦਾ ਮਰ ਜੇ ਫਿਰ ਅਸੀਂ ਛੱਡਾਂਗੇ, ਉਹਦਾ ਪੇਸ਼ੇ ਨੂੰ ਮਰ ਰਿਹਾ ਖੜੇ ਵੀ ਇਹ ਤਸਵੀਰਾਂ ਪਟਿਆਲਾ ਦੇ ਕੋਲੰਬੀਆ ਏਸ਼ੀਆ ਹਸਪਤਾਲ ਦੀਆਂ ਨੇ। ਤਸਵੀਰਾਂ 'ਚ ਹੰਗਾਮਾ ਕਰਨ ਵਾਲੇ ਬੈੱਡ 'ਤੇ ਬੇਸੁੱਧ ਪਏ ਮਰੀਜ਼ ਦੇ ਰਿਸ਼ਤੇਦਾਰ ਨੇ, ਜਿਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਹਸਪਤਾਲ 'ਚ ਉਹਨਾਂ ਦੇ ਮਰੀਜ਼ ਦਾ ਇਲਾਜ ਠੀਕ ਢੰਗ ਨਾਲ ਨਹੀਂ ਹੋਇਆ, ਜਿਸ ਕਾਰਨ ਉਹਨਾਂ ਦੇ ਮਰੀਜ਼ ਦੀ ਹਾਲਤ ਕਾਫ਼ੀ ਖਰਾਬ ਹੋ ਗਈ ਹੈ। ਜਿਸ ਤੋਂ ਬਾਅਦ ਮੌਕੇ 'ਤੇ ਖੜ੍ਹੇ ਡਾਕਟਰ ਦੀ ਵੀ ਮਰੀਜ਼ ਨਾਲ ਆਏ ਲੋਕਾਂ ਨੇ ਖਿੱਚਧੂ ਕਰਨ ਦੀ ਕੋਸ਼ਿਸ਼ ਕੀਤੀ। ਵੇਖੋ ਮੌਕੇ ਦੀਆਂ ਲਾਈਵ ਤਸਵੀਰਾਂ। ਕੋਲੰਬੀਆ ਏਸ਼ੀਆ ਦਾ ਹਸਪਤਾਲ ਆਏ, ਪੈਸੇ ਡਿੱਗ ਰਹੇ ਨਾ, ਬੰਦਾ ਮਰ ਜੇ ਫਿਰ ਅਸੀਂ ਛੱਡਾਂਗੇ, ਉਹਦਾ ਪੇਸ਼ੈਂਟ ਕਿਆ ਮਰ ਰਿਹਾ ਆ ਖੜੇ ਵੀ ਜਾਂਦੇ ਆ। ਦੇਖੋ ਆ ਡਾਕਟਰ ਸਾਹਿਬ ਦੇਖ ਰਹੇ ਆ, ਕਹਿੰਦੇ ਅਸੀਂ ਦੇਖ ਰਹੇ ਆ, ਨੋਰਮਲ ਪੇਸ਼ੈਂਟ ਆਇਆ ਹੋਇਆ, ਨੋਰਮਲ ਪੇਸ਼ੈਂਟ ਮਾਰਦਾ ਇਹਨਾਂ ਨੇ। ਆ ਦੇਖੋ ਆ ਡਾਕਟਰ ਸਾਹਿਬ ਨੇ ਚੁੱਕ ਕਰ ਆਏ, ਉਧਰ ਪੂਰੇ ਮਾਮਲੇ 'ਚ ਹਸਪਤਾਲ ਦੇ ਡਾਕਟਰ ਅਨੁਰਾਗ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਦੇਖੋ ਇਸ ਤਰ੍ਹਾਂ ਹੈਗਾ ਨਾ, ਬੇਸਿਕਲੀ ਇੱਕ ERCP ਹੁੰਦਾ ਹੈ ਪ੍ਰੋਸੀਜਰ, ਠੀਕ ਹੈ ਨਾ। ਉਹ ਪ੍ਰੋਸੀਜਰ ਉਹ ਮੰਤਰੀ ਪੇਸ਼ੈਂਟ ਦਾ ਇੱਥੇ ਹੋਇਆ ਸੀ ਕੋਲੰਬੀਆ 'ਚ, ਜਿਵੇਂ ਕਿ ਹਰ ਪ੍ਰੋਸੀਜਰ ਦੀ ਕੁਛ ਕੰਪਲੀਕੇਸ਼ਨ ਹੋ ਸਕਦੀ ਹੈ, ਉਹਦੇ ਵਿੱਚ ਕੁਛ ਕੰਪਲੀਕੇਸ਼ਨ ਹੋ ਸਕਦੀ, ਉਹ ਉਹਨਾਂ ਨੂੰ ਦੱਸ ਕੇ ਫਿਰ ਆਪਾਂ ਪ੍ਰੋਸੀਜਰ ਕੀਤਾ ਸੀ, ਅਤੇ ਉਹਦੇ ਵਿੱਚੋਂ ਇੱਕ ਕੰਪਲੀਕੇਸ਼ਨ ਆਈ ਸੀ ਪੇਸ਼ੈਂਟ ਦੀ, ਜਿਹਦੇ ਲਈ ਪੇਸ਼ੈਂਟ ਨੂੰ ਓਪਰੇਸ਼ਨ ਦੀ ਲੋੜ ਸੀ, ਠੀਕ ਹੈ ਨਾ। ਉਹ ਨੋਨ ਕੰਪਲੀਕੇਸ਼ਨ ਹੁੰਦੀ ਹੈ ਉਹ ਪ੍ਰੋਸੀਜਰ ਦੀ, ਤਾਂ ਫਿਰ ਉਹ ਕਹਿੰਦੇ ਅਸੀਂ ਉਹ ਇੱਥੇ ਨਹੀਂ ਕਰਾਉਣਾ, ਅਸੀਂ ਕਿਤੇ ਹੋਰ ਕਰਾਉਣਾ ਓਪਰੇਸ਼ਨ, ਤਾਂ ਫਿਰ ਉਹ ਓਪਰੇਸ਼ਨ ਕਰਾਉਣ ਲਈ ਕਿਤੇ ਹੋਰ ਚਲੇ ਗਏ ਸੀਗੇ। ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਵੀਡੀਓ ਜੀ ਬਣਾ ਲਈ ਸੀਗੀ। ਦੇਖੋ ਐਕਚੁਲੀ ਜਦੋਂ ਹੋਸਪਿਟਲ 'ਚ ਕੰਪਲੀਕੇਸ਼ਨ ਆਈ ਥੋੜ੍ਹੀ ਜਿਹੀ, ਉਸ ਤੋਂ ਬਾਅਦ ਫਿਰ ਥੋੜ੍ਹਾ ਜਿਹਾ ਉਹਨਾਂ ਦਾ ਬਿੱਲ ਬਣ ਗਿਆ, ਹੋਸਪਿਟਲ ਨੇ ਉਹਨੂੰ ਕਿਹਾ ਕਿ ਤੁਹਾਡਾ ਆਊਟਸਟੈਂਡਿੰਗ ਬਿੱਲ ਖੜ੍ਹਾ ਹੈ, ਠੀਕ ਹੈ ਨਾ। ਉਹ ਕਹਿੰਦੇ ਅਸੀਂ ਬਿੱਲ ਨਹੀਂ ਦੇਣਾ, ਅਤੇ ਫਿਰ ਉਹ ਹੰਗਾਮਾ ਕੀਤਾ, ਬਿੱਲ ਦਿੱਤਾ ਮੈਨੂੰ, ਫਿਰ ਚਲੇ ਗਏ ਦੂਜੇ ਹਸਪਤਾਲ ਉਹਨੇ ਆਪਰੇਸ਼ਨ ਕਰਾ ਲਿਆ। ਅਤੇ ਕੋਲੰਬੀਆ ਵਿੱਚ ਤਾਂ ਇੱਕੋ ਦਿਨ ਸੀਗਾ ਜੀ ਰਹੇ ਉਹ, ਮਤਲਬ ਅੱਧਾ ਦਿਨ ਰਹੇ ਸੀ ਇੱਧਰ ਸਵੇਰ ਤੋਂ ਸ਼ਾਮ ਤੱਕ। ਫਿਲਹਾਲ ਮਾਮਲੇ 'ਚ ਕੌਣ ਸੱਚਾ ਅਤੇ ਕੌਣ ਝੂਠਾ ਇਹ ਜਾਂਚ ਦਾ ਵਿਸ਼ਾ ਹੈ। ਬਿਊਰੋ ਰਿਪੋਰਟ, ਹਕੀਕਤ ਟੀਵੀ।